ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਅਨਕਵਾਰ ਸਰਵ ਕਲਾ ਸੰਗਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਉਂ ਬੁਲਾਵੈ ਤਿਉਂ ਬੋਲਾਂ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਤਿਕਾਰ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚੋਰ ਛਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ, ਰਾਜਾਨ ਰਾਜ ਭਾਨ ਅਨਭਾਨ ਦੇਵਾਨ ਦੇ ਹੁਕਮਾਂ ਮਹਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਪਾਰ ਬਖਸ਼ਿਸ਼ਾਂ ਕਰ ਰਹੇ ਨੇ। ਸਤਿਗੁਰਾਂ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਰਸ਼ਨ ਦੀਦਾਰੇ ਬਖਸ਼ੇ, ਨਿਤਨੇਮ ਹੋਏ ਅਵਗਤ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਹਾਜ਼ਰੀਆਂ ਭਰੀਏ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ। ਹੇ ਸਤਿਗੁਰੂ, ਮੇਰਾ ਭਰਿਆ ਹੱਥ ਰੱਖ ਕਰਕੇ ਆਪ ਹੀ ਸਮਤ ਬਖਸ਼ਿਸ਼ ਕਰਕੇ ਆਪ ਜੀਆਂ ਨੇ ਵਿਚਾਰ ਬਖਸ਼ਿਸ਼ ਕਰਨੀ ਜੀ। ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਸਦਕਾ ਦੂਸਰੀ ਅਸ਼ਟਪਦੀ ਦੀਆਂ ਦੋ ਪਦੇ ਹੋ ਚੁੱਕੇ ਹਨ ਜੀ। ਅੱਗੇ ਸ਼ਬਦ ਨਾਲ ਜੁੜੀਏ। ਵਾਹਿਗੁਰੂ ਸਾਹਿਬ ਜੀ ਛੂਟਤ ਨਹੀਂ ਕੋਟ ਲੱਖ ਵਾਹੀ, ਜਿੱਥੇ ਪ੍ਰਤੱਖ ਲੱਖਾਂ ਕਰੋੜਾਂ ਵਾਹਾਂ ਵਾਲਾ ਜੀਵ ਹੋ ਕੇ। ਕਹਿੰਦੇ ਲੱਖਾਂ ਕਰੋੜਾਂ ਵਾਹਾਂ ਵਾਲਾ ਜੀਵ ਹੋ ਕੇ ਵੀ ਲੱਖਾਂ ਕਰੋੜਾਂ ਯੋਧਿਆਂ ਭਾਵ ਭਰਾਵਾਂ ਰੂਪੀ ਵਾਹਾਂ ਵਾਲਾ ਹੋ ਕੇ ਵੀ ਕਾਲ ਤੋਂ ਛੁੱਟ ਨਹੀਂ ਸਕਦਾ। ਛੂਟਤ ਨਹੀਂ ਕੋਟ ਲੱਖ ਵਾਹੀ। ਵੇਖੇ ਸੰਸਾਰ ਦੇ ਵਿੱਚ ਸਰੀਰਕ ਬਲ ਵਾਲੇ ਬੜੇ ਬੜੇ ਯੋਧੇ ਆਏ ਨੇ, ਬੜੇ ਬੜੇ ਬਲੀ ਆਏ ਨੇ, ਧਨੀ ਆਏ ਨੇ, ਪਰ ਸਤਿਗੁਰੂ ਕਹਿੰਦੇ ਭਾਈ ਜਿਹਦੇ ਨਾਲ ਲੱਖਾਂ ਲੋਕ ਤੁਰਨ ਵਾਲੇ ਭਾਵ ਲੱਖਾਂ ਵਾਹਾਂ, ਕੋ ਛੂਟਦ ਨਹੀਂ ਕੋਟ ਲੱਖ ਵਾਹੀ, ਨਾਲ ਖੜਨ ਵਾਲੇ ਜਿਹਨਾਂ ਦੇ ਨਾਲ ਲੱਖਾਂ ਲੋਕ ਨਾਮ ਜਪਤ, ਭਾਵ ਉਹ ਵੀ ਨਹੀਂ ਛੁੱਟ ਸਕਦੇ, ਪਰ ਛੁੱਟ ਕੌਣ ਸਕਦਾ। ਨਾਮ ਜਪਤ ਤਹ ਪਾਰ ਪਰਾਹੀ,
ਕਹਿੰਦੇ ਭਾਈ ਲੱਖਾਂ ਕਰੋੜਾਂ ਫੌਜਾਂ ਸੂਰਮਿਆਂ ਦੀਆਂ ਵਾਹਾਂ ਕਰਕੇ ਵੀ ਜਮਨਾ ਤੋਂ ਨਹੀਂ ਛੁੱਟ ਸਕਦਾ, ਪਰ ਨਾਮ ਜਪਣ ਵਾਲਾ ਜੀਵ ਉੱਥੋਂ ਕਹਿੰਦੇ ਪਾਰ ਪ੍ਰਾਹੀ ਕਹਿੰਦੇ ਇਸ ਭਾਵ ਸਾਗਰ ਸੰਸਾਰ ਤੋਂ ਮੁਕਤ ਹੋ ਸਕਦਾ। ਇੱਥੋਂ ਹੀ ਨੇ ਅੱਗੇ ਵੀ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ, ਜਿਉਂਦੇ ਜੀ ਬੰਧਨਾਂ ਤੋਂ ਮੁਕਤ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਬੰਧਨਾਂ ਤੋਂ, ਔਰ ਪਰਲੋਕ ਦੇ ਵਿੱਚ ਵੀ ਉਹ ਮੁਕਤ ਹੋ ਜਾਂਦਾ ਹੈ। ਅਨਕ ਵਿਘਨ ਜਹਿਆ ਇਸ ਘਰ, ਕਹਿੰਦੇ ਅਨੇਕਾਂ ਵਿਘਨਾਂ ਰੁਕਾਵਟਾਂ ਜਿੱਥੇ ਆ ਕੇ ਇਸ ਜੀਵ ਨੂੰ ਸੰਘਾਰੇ ਭਾਵ ਨਾਸ਼ ਕਰਦੀਆਂ ਹਨ। ਹਰ ਕਾ ਨਾਮ ਤਤਕਾਲ ਉਧਾਰ, ਕਹਿੰਦੇ ਵੇਖੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸ਼ਕਤੀ, ਨਾਮ ਜਪਣਾ ਕਰਕੇ ਤਤਕਾਲ, ਕਹਿੰਦੇ ਉਸੇ ਵਕਤ ਤਤਕਾਲ ਉਧਾਰ, ਕਹਿੰਦੇ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਹੈ ਨਾ ਜੀ, ਤਤਕਾਲ ਉਸੇ ਵਕਤ ਛਡਾ ਦਿੰਦਾ ਹੈ। ਆਪਾਂ ਨਵੇਂ ਪਾਤਸ਼ਾਹ ਮਹਾਰਾਜੀਆਂ ਦੀ ਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਕਿ ਵਾਹਿਗੁਰੂ ਪਰਮੇਸ਼ਰ ਦੀ ਕਿੱਡੀ ਵੱਡੀ ਸ਼ਕਤੀ ਹੈ। ਇੱਕ ਹਾਥੀ ਨੂੰ ਤੇਂਦੂਏ ਨੇ ਪਕੜ ਲਿਆ, ਇਹ ਘਟਨਾ ਪਟਨਾ ਸ਼ਹਿਰ ਦੇ ਨੇੜੇ ਥੋੜੀ ਦੂਰ ਇੱਕ ਨਦੀ ਹੈ, ਉਹ ਨਦੀ ਦੇ ਵਿੱਚ ਕਹਿੰਦੇ ਹਾਥੀ ਵੜ ਗਿਆ, ਪਾਣੀ ਦੇ ਵਿੱਚ ਪਾਣੀ ਵਾਲੇ ਜਾਨਵਰ ਦਾ ਜ਼ੋਰ ਵਾਰ, ਭਾਵੇਂ ਹਾਥੀ ਬੜਾ ਤਾਕਤਵਰ ਹੈ ਪਰ ਪਾਣੀ ਦੇ ਵਿੱਚ ਉਹਦਾ ਜ਼ੋਰ ਨਾ ਚੱਲਿਆ। ਉਹ ਹੌਲੀ ਹੌਲੀ ਖਿੱਚਦਾ ਡੂੰਘੇ ਪਾਣੀ ਵਿੱਚ ਲੈ ਜਾਂਦਾ, ਹੁਣ ਸਾਰਾ ਹਾਥੀ ਪਾਣੀ ਵਿੱਚ ਡੁੱਬ ਗਿਆ, ਇੱਕ ਸਿਰਫ ਉਹਦੀ ਸੁੰਡ ਵਾਰ ਹੈ। ਉਹਦੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਯਾਦ ਆਇਆ, ਵੇਖੋ ਨਾਮ ਦੀ ਵਰਕਤ, ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ, ਕਹਿੰਦੇ ਪਰਮੇਸ਼ਰ ਇੱਕ ਕੇਤਕੀ ਦਾ ਫੁੱਲ ਨਦੀ ਜਤੇਰ ਦਾ ਆਪਣੀ ਸੁੰਡ ਚ ਚੁੱਕ ਕੇ ਪਰਮਾਤਮਾ ਨੂੰ ਯਾਦ ਕਰਦਾ, ਪਰਮੇਸ਼ਰ ਨੇ ਉਸੇ ਵਰਕਤ ਤੇਂਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਔਰ ਉਸ ਹਾਥੀ ਨੂੰ ਮੁਕਤ ਕਰ ਦਿੱਤਾ। ਵਾਹਿਗੁਰੂ ਦੇ ਨਾਮ ਦੀ ਸ਼ਕਤੀ ਹੈ, ਹਰ ਕਾ ਨਾਮ ਤਤਕਾਲ ਉਸੇ ਵਕਤ ਉਧਾਰ ਹੈ, ਕਹਿੰਦੇ ਬਚਾ ਲੈਂਦਾ ਹੈ। ਅਨੇਕ ਜੋਨ ਜਨਮੈ ਮਰ ਜਾਂ, ਅਨੇਕਾਂ ਜੋਨਾਂ ਵਿੱਚ ਪੈ ਕੇ ਜੀਵ ਜਨਮਦਾ ਅਤੇ ਮਰਦਾ ਹੈ, ਨਾਮ ਜਪਤ ਪਾਵੇ ਵਿਸ਼ਰਾਮ। ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦੀ ਬਰਕਤ ਵੇਖੋ, ਨਾਮ ਜਪਣ ਵਾਲਾ, ਕਹਿੰਦੇ ਨਾਮ ਜਪਣ ਵਾਲਾ ਨਾਮ ਜਪ ਭਾਵ ਟਿਕਾ ਵਿੱਚ ਆ ਜਾਂਦਾ, ਟਿਕਾ ਪਾਉਂਦਾ ਹੈ, ਜਿਸ ਕਰਕੇ ਦੁਆਰਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਂਦਾ। ਅੰਮ੍ਰਿਤ ਸਤਿਗੁਰੂ ਨੇ ਦਾਤ ਬਖਸ਼ੀ, ਅੰਮ੍ਰਿਤ ਦੀ ਮਿਰਦੂ ਤੋਂ ਰਹਿਤ ਕਰ ਦੇਣ ਵਾਲੀ, ਜੰਮਣ ਮਰਨ ਦੇ ਗੇੜ ਨੂੰ ਕੱਟਣ ਵਾਲੀ ਅੰਮ੍ਰਿਤ ਦੀ ਦਾਤ,
ਨਾਮ ਜਪਤ ਪਾਵੇ ਵਿਸ਼ਰਾਮ। ਪੰਜਾ ਪਿਆਰੇ ਨਾਮ ਦੀ ਦਾਤ ਬਖਸ਼ਦੇ ਨੇ, ਉਹਨੂੰ ਜਪ ਕਰਕੇ ਸਦਾ ਹੀ ਟਿਕਾ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਇਹ ਜੀਵ ਚਲੇ ਜਾਂਦਾ ਹੈ। ਹਉ ਮਹਿਲਾ ਮਲ ਕਬੂ ਨਾ ਧੋਵੈ, ਕਹਿੰਦੇ ਜੀਵ ਹਉਮੈ ਕਰਕੇ ਮੈੜਾ ਹੈ, ਜੋ ਪਾਪਾਂ ਦੀ ਮੈਲ ਕਬੂ ਭਾਵ ਕਦੇ ਵੀ ਨਹੀਂ ਧੋਂਦਾ। ਹਉ ਮਹਿਲਾ ਮਲ ਕਬੂ ਨਾ ਧੋਵੈ, ਕਹਿੰਦੇ ਕਦੇ ਵੀ ਨਹੀਂ ਧੋਂਦਾ ਅੰਦਰ, ਸਗੋਂ ਇਹਦੀ ਹਾਲਾਤ ਕਿਹੋ ਜਿਹੀ ਹੈ। ਜੇ ਕਿਸੇ ਨੂੰ ਕਹੀਏ ਭਾਈ ਅੰਮ੍ਰਿਤ ਛਕ ਲੈ, ਬਹੁਤ ਤਰ੍ਹਾਂ ਦੇ ਲੋਕਾਂ ਕੋਲ ਹਨ ਨੇ। ਬੱਚੇ ਨੂੰ ਕਹੀਏ ਜੀ ਬੱਚਾ ਅਜੇ ਬਚਪਨ ਹੈ, ਖੇਡਣ ਦੀ ਉਮਰ ਹੈ। ਜਵਾਨੀ ਚ ਕਹੀਏ ਖਾਣ ਪੀਣ ਦੀ ਉਮਰ ਹੈ, ਫਿਰ ਬੁੱਢੇ ਹੋ ਕੇ ਜਪ ਲਵਾਂਗੇ। ਹੁਣ ਬੁਢੇਪਾ ਵੀ ਆ ਜਾਂਦਾ, ਪਰ ਇਹਦੇ ਬਹਾਨੇ ਨਹੀਂ ਮੁੱਕਦੇ। ਸਤਸੰਗਤ ਬਹਾਨੇ ਬੜੇ ਲਾਉਂਦਾ। ਹੁਣ ਬੁਢੇਪੇ ਬਾਰੇ ਵਸ ਜੀ, ਹੁਣ ਕਿੱਥੇ ਨਾਮ ਜਪਿਆ ਜਾਵੇਗਾ, ਹੁਣ ਮੂੰਹ ਵਿੱਚ ਦੰਦ ਹੀ ਨਹੀਂ। ਵੈਸੇ ਗੱਲ ਠੀਕ ਹੈ, ਬੁਢੇਪੇ ਬਾਰੇ ਕਹਿ ਦਿੰਦੇ ਆ ਵੀ ਬੁੱਢੇ ਹੋ ਕੇ ਨਾਮ ਜਪਾਂਗੇ, ਜਿਹੜਾ ਜਵਾਨੀ ਚ ਨਹੀਂ ਜਪ ਸਕਿਆ ਬੁੱਢੇ ਹੋ ਕੇ ਵੀ ਨਹੀਂ ਜਪਿਆ ਜਾਣਾ। ਦਰਅਸਲ ਜੇ ਦੁਨਿਆਵੀ ਕੰਮਾਂ ਕਾਰਾਂ ਦੇ ਲਈ ਸਰੀਰ ਰਿਸ਼ਟ ਪੁਸ਼ਟ ਚਾਹੀਦਾ ਤਾਂ ਵਾਹਿਗੁਰੂ ਦੇ ਨਾਮ ਜਪਣ ਵਾਸਤੇ ਵੀ ਸਰੀਰ ਇੱਕ ਸਾਧਨ ਹੈ। ਜਿਵੇਂ ਕਿਸੇ ਸਾਧਨ ਤੇ ਸਵਾਰੀ ਕਰਕੇ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ, ਜੀਵ ਆਤਮਾ ਦੀ ਸਵਾਰੀ ਹੈ ਇਸ ਸਰੀਰ ਤੇ। ਜਿਸ ਸਰੀਰ ਦੇ ਰਾਹੀਂ ਜੀਵ ਆਤਮਾ ਨੇ ਪਰਮਾਤਮਾ ਨੂੰ ਮਿਲਣ ਤੱਕ ਦੀ ਮੰਜ਼ਿਲ ਨੂੰ ਪਾਉਣਾ ਹੈ। ਸਰੀਰ ਸਾਧਨ ਹੈ, ਬੁੱਢੇ ਹੋ ਕੇ ਤਾਂ ਚੌਂਕੜਾ ਵੀ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਵਾਲ ਜਵਾਨੀ ਔਰ ਵਿਰਧ ਪੁਨ ਤੀਨ ਅਵਸਥਾ ਜਾਣਾ, ਤਿੰਨ ਅਵਸਥਾ ਨੇ ਬਚਪਨ। ਵੈਸੇ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਨਾਮ ਜਪੋ ਜੀ ਐਸੇ ਐਸੇ, ਧੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਨਾਮ ਜਪਣਾ ਭਾਈ ਏਦਾਂ ਜਪ ਜਿਵੇਂ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ। ਪ੍ਰਹਿਲਾਦ ਭਗਤ ਅਤੇ ਧਰੂ ਦੀ ਉਦਾਹਰਨ ਇਸ ਕਰਕੇ ਲਈ ਹੈ, ਬਚਪਨ ਚ ਪੰਜ ਸੱਤ ਸਾਲ ਦੀ ਉਮਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ। ਸਤਿਗੁਰੂ ਦੱਸਦੇ ਨੇ ਕਹਿੰਦੇ ਭਾਈ ਹੇ ਜੀਵ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਜਪਣ ਵਾਸਤੇ ਵੀ ਤੈਨੂੰ ਤੰਦਰੁਸਤ ਸਰੀਰ ਚਾਹੀਦਾ। ਸਤਿਗੁਰੂ ਕਹਿੰਦੇ ਨੇ ਭਾਈ ਨਾਮ ਜਪ ਕੇ, ਨਾਮ ਜਪਣ ਦੀ ਕਿੱਡੀਆਂ ਵਕਤਾਂ ਹਨ। ਕਹਿੰਦੇ ਨਾਮ ਜਪਤ ਪਾਵੇ ਵਿਸ਼ਰਾਮ, ਕਹਿੰਦੇ ਸਦਾ ਹੀ ਇਹ ਟਿਕਾ ਵਿੱਚ ਚਲਿਆ ਜਾਂਦਾ ਹੈ। ਹਉ ਮਹਿਲਾ ਮਲ ਕਬੂ ਨਾ ਧੋਵੈ, ਕਹਿੰਦੇ ਹਉ ਕਰਕੇ ਅੰਦਰ ਮੈਲ ਨਾ ਭਰਿਆ ਹੋਇਆ, ਅੰਦਰ ਭਰੀ ਹੋਈ ਮੈਲ ਨੂੰ ਕਦੇ ਵੀ ਧੋਣ ਦਾ ਯਤਨ ਨਹੀਂ ਕਰਦਾ।
ਕਹਿੰਦੇ ਵੇਖੋ ਮਨ ਨੂੰ ਕਿਵੇਂ ਮੈਲ ਕਿਵੇਂ ਧੋਤੀ ਜਾਂਦੀ ਆ, ਉਹ ਵੀ ਸਤਿਗੁਰੂ ਦੱਸਦੇ ਨੇ ਬਾਣੀ ਦੇ ਵਿੱਚ। ਭਰੀਏ ਹੱਥ ਪੈਰ ਤਨ ਦੇ, ਸਰੀਰ ਹੱਥ ਪੈਰ ਕਹਿੰਦੇ ਧੂੜ ਪੈ ਗਿਆ ਜੀ, ਘੱਟਾ ਪੈ ਗਿਆ, ਪਾਣੀ ਨਾਲ ਧੋਤੇ ਜਾਂਦੇ ਹਨ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸੁਖੇ, ਮੋਤ ਪਲੀਤੀ ਕੱਪੜ ਹੋਏ, ਜੇ ਕਹਿੰਦੇ ਕੱਪੜੇ ਜ਼ਿਆਦਾ ਮੈਲੇ ਹੋ ਜਾਣਾ, ਦੇ ਸਾਬੁਣ ਲਈਏ ਉਹ ਧੋਏ, ਸਰਫ ਸਾਬਣ ਆਦਿਕ ਦੇ ਨਾਲ ਉਹ ਵੀ ਸ਼ੁੱਧ ਹੋ ਜਾਂਦੇ ਨੇ। ਪਰ ਜੇ ਮਨ ਮੈਲਾ ਹੋਵੇ, ਭਰੀਏ ਮਤ ਪਾਪਾਂ ਕੈ ਸੰਗ, ਜੇ ਪਾਪਾਂ ਦੇ ਨਾਲ ਮਤ ਭਰ ਗਈ, ਮਨ ਭਰ ਗਿਆ, ਉਹ ਧੋਵੇ, ਕਹਿੰਦੇ ਉਹ ਵੀ ਧੋਤਾ ਜਾ ਸਕਦਾ, ਉਹ ਧੋਪੈ ਨਾਵੈ ਕੈ ਰੰਗ। ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪ ਜਪ ਕੇ ਮੈਲ ਵੀ ਲੱਥ ਜਾਂਦੀ ਆ ਔਰ ਨਾਮ ਦਾ ਪ੍ਰੇਮ ਦਾ ਰੰਗ ਵੀ ਲੱਗ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਕਹਿ ਦਿੰਦੇ ਆ ਅੰਮ੍ਰਿਤ ਛਕ ਲੈ, ਮੇਰਾ ਤਾਂ ਜੀ ਮਨ ਸਾਫ ਹੈ, ਨਾਮ ਜਪਣਾ ਨੀ, ਗੁਰੂ ਵਾਲਾ ਬਣਿਆ ਨੀ, ਬਾਣੀ ਦੀ ਪੜ੍ਹਨੀ, ਮੇਰਾ ਤਾਂ ਮਨ ਸਾਫ ਹੈ। ਨਹੀਂ ਭਾਈ, ਜਿਹਨਾਂ ਦਾ ਮਨ ਸਾਫ ਹੋ ਗਿਆ, ਆ ਇੰਨੇ ਸਾਧਨ ਕਰਨੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਇਹ ਮਨ ਨੂੰ ਸਾਫ ਕਰਨ ਦੇ ਹੀ ਸਾਰੇ ਉਪਰਾਲੇ ਨੇ। ਮਨ ਕਹਿਣਗੇ ਮਨ ਸਾਫ ਹੈ, ਉਹ ਕਹਿੰਦੇ ਮਨ ਦੀ ਹਾਲਤ ਤੇਰੀ ਭਾਈ ਇਹੋ ਜਿਹੀ ਹੋਈ ਹੋਈ ਹੈ, ਏਦਾਂ ਗੱਲਾਂ ਬਾਤਾਂ ਦੇ ਨਾਲ ਮਨ ਨਹੀਂ ਸਾਫ ਹੁੰਦਾ। ਮਨ ਤਾਂ ਤੇਰਾ ਜਨਮਾਂ ਜਨਮਾਂਤਰਾਂ ਦੇ ਅੱਜ ਦੀ ਗੱਲ ਨਹੀਂ, ਇਸ ਜਨਮ ਦੀ ਗੱਲ ਨਹੀਂ, ਜਨਮਾਂ ਜਨਮਾਂਤਰਾਂ ਦੇ ਕੀਤੇ ਮਾੜੇ ਕਰਮਾਂ ਦੀ ਪਾਪਾਂ ਰੂਪੀ ਮੈਲ ਦੇ ਨਾਲ ਭਰਿਆ ਪਿਆ, ਕਾਲਾ ਹੋਇਆ ਪਿਆ। ਸਤਿਗੁਰੂ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਜਨਮਾਂ ਦੀ ਮੈਲ ਲੱਗੀ ਹੋਈ ਆ, ਖੋਟੀ ਮਤ। ਸਤਿਗੁਰੂ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ, ਕਹਿੰਦੇ ਸਾਹ ਕਾਲਾ ਹੋਇਆ, ਇੱਕ ਤਾਂ ਉਹ ਕਾਲਾ ਹੁੰਦਾ, ਇੱਕ ਸ਼ਾਹ ਕਾਲਾ, ਕਿਵੇਂ ਖੰਨ ਦੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਪਾ। ਕਹਿੰਦੇ ਅਖੇ ਮਨ ਦੀ ਹਾਲਤ ਤਾਂ ਕੋਲੋ ਦੀ ਨੀਰ ਵਰਗੀ ਹੋਈ ਆ, ਭਾਵੇਂ ਸੌ ਵਾਰ ਧੋਲਾ ਫਿਰ ਵੀ ਸ਼ੁੱਧ ਨਹੀਂ ਹੁੰਦੀ। ਇਹ ਨਾਮ ਜਪਤ, ਨਾਮ ਜਪਣ ਕਰਕੇ ਹੋ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੇ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਧੋਣ ਦੇ ਲਈ ਸਮਰੱਥ ਹੈ। ਬੋਲੋ ਸਤਨਾਮ ਸ੍ਰੀ। ਸਤਿਗੁਰੂ ਦੱਸਦੇ ਨੇ ਘੋਰ ਦੁਖੇ ਗਨ ਕਹਤਿੰਗ ਜਨਮ ਦਰਿਦਰੰਗ ਮਹਾਂਬੁਖੇ ਆਦੰ। ਕਹਿੰਦੇ ਘੋਰ ਦੁਖਿੰਗ ਅਨਕ ਹਤਿੰਗ ਮਹਾਂਬਖਿਆਦਨ, ਕਹਿੰਦੇ ਸਾਰੇ ਇਹੋ ਜਿਹੇ ਵੀ ਘਨੌਣੇ ਪਾਪ ਹੋਣ।
ਸਤਿਗੁਰੂ ਕਹਿੰਦੇ ਘੋਰ ਦੁੱਖਿਆ ਗਨ ਕਹ ਤਿੰਗ ਮਹਾਂਮੁਖਿਆ ਦਨ ਮਿਟੰਤ ਸਗਲ, ਸਾਰੇ ਮਿਟ ਸਕਦੇ ਨੇ, ਮਿਟੰਤ ਸਗਲ ਸਿਮਰੰਤ ਹਰਨਾਮ। ਵਾਹਿਗੁਰੂ ਦੇ ਨਾਮ ਸਿਮਰਨ ਕਰਕੇ ਕਹਿੰਦੇ ਫਿਰ ਆਧਾਰ ਦਿੰਦੇ ਨੇ, ਕਹਿੰਦੇ ਜੇ ਕੋਈ ਸਵਾਲ ਕਰੇ ਵੀ ਏਦਾਂ ਕਿਵੇਂ ਮਿਟ ਜਾਣਗੇ, ਸਤਿਗੁਰੂ ਕਹਿੰਦੇ ਜੈਸੇ ਕਾਸ਼ਟ ਭਸਮ ਕਰੋਤ, ਕਹਿੰਦੇ ਜਿਵੇਂ ਭਾਈ ਲੱਕੜਾਂ ਦਾ ਢੇਰ ਹੋਵੇ ਉਹਨੂੰ ਸਾੜਨ ਦੇ ਲਈ ਇੱਕ ਛੋਟੀ ਜਿਹੀ ਤੀਲੀ ਦੀ ਲੋੜ ਆ, ਉਹ ਸਾਰੀਆਂ ਲੱਕੜਾਂ ਸੜ ਕੇ ਸਵਾਹ ਬਣ ਜਾਂਦੀਆਂ ਨੇ। ਕਹਿੰਦੇ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਤੀਲੀ ਦੇ ਨਾਲ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਮਾੜੇ ਕਰਮ ਪਾਪਾਂ ਨੂੰ ਕਹਿੰਦੇ ਏਦਾਂ ਕਹਿੰਦੇ ਨਸ਼ਟ ਕਰ ਦਿੰਦਾ ਹੈ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ। ਹਰ ਕਾ ਨਾਮ ਕੋਟ ਪਾਪ ਖੋਵੇ, ਕਹਿੰਦੇ ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਐਸਾ ਨਾਮ ਜਪੋ ਮਨ ਰੰਗ, ਹੈ ਭਾਈ ਇਹੋ ਜਿਹਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ ਜਿਹਦੇ ਵਿੱਚ ਇੰਨੀਆਂ ਬਰਕਤਾਂ ਨੇ, ਕਿਉਂ ਨੀ ਜਪਦਾ। ਨਾਨਕ ਪਾਈਐ ਸਾਧ ਕੈ ਸੰਗ, ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਸਤਸੰਗਤ ਚ ਪ੍ਰਾਪਤ ਹੁੰਦਾ। ਗੁਰੂ ਦੀ ਸ਼ਰਨ ਵਿੱਚ ਆਉਣ ਤੇ ਗੁਰਮੁਖਾਂ ਦੀ ਸੰਗਤ ਕਰਕੇ, ਸਾਧੂ ਜਨਾਂ ਦੀ ਸੰਗਤ ਕਰਕੇ ਮਨ ਨੂੰ ਰੰਗ ਲੱਗਦਾ, ਪ੍ਰੇਮ ਲੱਗਦਾ, ਫਿਰ ਗੁਰੂ ਤੋਂ ਨਾਮ ਦੀ ਦਾਤ ਲੈਂਦਾ। ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਕਹਿੰਦੇ ਫਿਰ ਭਾਈ ਤੇਰਾ ਛੁਟਕਾਰਾ ਹੋ ਸਕਦਾ ਹੈ। ਨਾਨਕ ਭਾਈ ਹੈ ਸਾਧ ਕੈ ਸੰਗ, ਵਾਹਿਗੁਰੂ ਦਾ ਨਾਮ ਅੰਮ੍ਰਿਤ ਗੁਰੂ ਤੋਂ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਹੁੰਦਾ ਹੈ। ਜੇ ਮਾਰਗ ਕੇ ਗਨੇ ਜਾਹੇ ਨਾ ਕੋ ਸਾਰ, ਸਤਿਗੁਰ ਕਹਿੰਦੇ ਭਾਈ ਜਿਸ ਦਿਨ ਇਸ ਸਰੀਰ ਨੂੰ ਛੱਡ ਕੇ ਜੀਵ ਆਤਮਾ ਅਗਲੀ ਮੰਜ਼ਿਲ ਵੱਲ ਜਾਵੇਗੀ, ਫਿਰ ਕਹਿੰਦੇ ਉਸ ਰਸਤੇ ਦੇ ਬਾਬਤ, ਆਉਣ ਵਾਲੇ ਸਮੇਂ ਦੇ ਬਾਬਤ ਸਤਿਗੁਰੂ ਬਾਣੀ ਦੇ ਵਿੱਚ ਦੱਸਦੇ ਨੇ। ਕਹਿੰਦੇ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਭਾਈ ਜਿਸ ਰਸਤੇ ਦੇ ਕੋ ਨਹੀਂ ਗਣੇ ਜਾ ਸਕਦੇ। ਹਿੰਦੂ ਮਤ ਦੇ ਵਿੱਚ ਗਰੁੜ ਪੁਰਾਣ ਦੇ ਵਿੱਚ ਇਹ ਲਿਖਿਆ ਹੋਇਆ, ਕਹਿੰਦੇ 86,000 ਯੋਜਨ ਮਾਤ ਲੋਕ ਤੋਂ ਜਮ ਮਾਰਗ ਦਾ ਰਸਤਾ ਹੈ। ਹਰ ਰੋਜ ਜੀਵ ਦੇ ਤਾਈ 2,000 ਮੀਲ ਤੋਂ ਉੱਪਰ ਲੈ ਕੇ ਜਾਂਦੇ ਹਨ। ਗ੍ਰੰਥਾਂ ਅਨੁਸਾਰ ਕਹਿੰਦੇ ਹਨ ਕਿ ਪਾਪੀ ਪੁੰਨੀ ਦੋਨੋਂ ਨੂੰ ਸਮਾਂ ਲੱਗ ਜਾਂਦਾ ਹੈ। ਸਹਿਸ 88 ਗਰੜ ਪ੍ਰਾਣ ਦਾ ਇਹ ਵਚਨ ਹੈ, ਸਹਿਸ 88 ਯੋਜਨ ਪੂਰੀ ਮਿਰਤ ਲੋਕ ਤੇ ਜਮਪੁਰ ਦੂਰੀ, 8 ਹੈ ਠੋਰ ਮਗ ਹੈ ਭਾਰੀ, ਘੋਰ ਕਸ਼ਟ ਪਾਵੈ ਨਰ ਨਾਰੀ। ਸਤਿਗੁਰੂ ਦੱਸਦੇ ਨੇ ਕਹਿੰਦੇ ਭਾਈ ਉਹ ਰਸਤਾ
ਜੇ ਮਾਰਗ ਕੇ ਗਨੇ ਜਾਹੇ ਨਾ ਕੋ ਸਾ ਹਰ ਕਾ ਨਾਮ ਮਹਾ ਸੰਗ ਤੋਸਾ। ਕਹਿੰਦੇ ਭਾਈ ਉਹ ਜੇ ਰਸਤੇ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਜਪਿਆ ਹੋਵੇਗਾ ਨਾ, ਉਹ ਤੇਰੇ ਲਈ ਇੱਕ ਤੋਸ਼ਾ ਹੋਵੇਗਾ, ਜੇਬ ਖਰਚਾ ਹੋਵੇਗਾ। ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਤੂੰ ਮੁਕਤ ਹੋ ਸਕਦਾ ਹੈ। ਜੇ ਪਿੰਡ ਮਹਾਨ ਦੁਆਰਾ ਇਹੋ ਜਿਹਾ ਰਸਤਾ ਵੀ ਆਵੇਗਾ। ਸਤਿਗੁਰੂ ਦੱਸਦੇ ਨੇ ਕਹਿੰਦੇ ਭਾਈ ਜਿਸ ਰਸਤੇ ਦੇ ਵਿੱਚ ਬੜਾ ਅੰਧ ਗੁਬਾਰਾ ਭੁੱਪ ਹਨੇਰਾ ਹੈ, ਜਿਵੇਂ ਕ੍ਰਿਸ਼ਨ ਭਗਵਾਨ ਜਦੋਂ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ, ਉਸ ਵਕਤ ਜਮ ਰਸਤੇ ਦੇ ਵਿੱਚ ਇੰਨਾ ਹਨੇਰਾ ਸੀ ਕਿ ਰਥ ਵਾਸੀ ਕਹਿਣ ਲੱਗਾ ਕਿ ਭਗਵਾਨ ਜੀ ਅੱਗੇ ਬੜਾ ਹਨੇਰਾ ਹੈ। ਤਾਂ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਸੁਦਰਸ਼ਨ ਚੱਕਰ ਦੀ ਲੋ ਨਾਲ ਚੱਲਦੇ ਹਨ, ਇਤਨਾ ਹਨੇਰਾ ਹੈ, ਇਤਨਾ ਹਨੇਰਾ ਹੈ ਜੇ 12 ਸੂਰਜ ਵੀ ਚੜ ਜਾਣ ਤਾਂ ਕਾਲੇ ਤਵੇ ਵਰਗੇ ਹੋ ਜਾਣ। ਸੂਰਮੇ ਸੂਰਜ ਮੰਡਲ ਨੂੰ ਵੇਧ ਕੇ ਚਾਨਣ ਦੇ ਵਿੱਚੋਂ ਦੀ ਦੇਵਪੁਰੀ ਪਹੁੰਚਦੇ ਹਨ। ਸੋ ਸਤਿਗੁਰੂ ਦੱਸਦੇ ਨੇ ਕਹਿੰਦੇ ਜੇ ਪਿੰਡ ਮਹਾਂ ਅੰਧ ਗਵਾਰਾ, ਕਹਿੰਦੇ ਬੜਾ ਹਨੇਰਾ ਭਾਈ ਰਸਤੇ ਦੇ ਵਿੱਚ, ਹਰ ਕਾ ਨਾਮ ਸੰਗ ਬੁਝਿਆਰਾ, ਕਹਿੰਦੇ ਵਾਹਿਗੁਰੂ ਦਾ ਨਾਮ ਉੱਥੇ ਭਾਈ ਚਾਨਣ ਪ੍ਰਕਾਸ਼ ਕਰ ਦਿੰਦਾ। ਸਤਿਗੁਰਾਂ ਦਾ ਵਚਨ ਹੈ ਕਹਿੰਦੇ ਨਾਮ ਜਪਤ ਕੋਟ ਸੂਰ ਉਜਾਰਾ, ਕਹਿੰਦੇ ਨਾਮ ਜਪਣ ਵਾਲੇ ਨਾਮ ਜਪਣ ਵਾਲਿਆਂ ਨੂੰ ਕਹਿੰਦੇ ਇੱਕ ਨੀ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਮਿਲ ਜਾਂਦਾ ਹੈ। ਨਾਮ ਜਪਤ ਕੋਟ ਸੂਰ ਉਜਾਰਾ, ਵਿਨਸੈ ਭਰਮ ਅੰਧੇਰਾ, ਗਿਆਨ ਰੂਪ ਸੂਰਜ ਕਿੱਥੋਂ ਮਿਲਦਾ? ਗੁਰੂ ਤੋਂ, ਸਤਿਗੁਰਾਂ ਤੋਂ। ਅੱਗੇ ਸਤਿਗੁਰੂ ਦੱਸਦੇ ਨੇ ਕਹਿੰਦੇ ਜਹਾਂ ਪੰਤ ਤੇਰਾ ਕੋ ਨਾ ਸਿਆਨੂ, ਕਹਿੰਦੇ ਉਸ ਰਸਤੇ ਚ ਤੇਰੇ ਜਾਣ ਪਛਾਣ ਵਾਲਾ ਨੀ ਤੈਨੂੰ ਕੋਈ ਮਿਲਣਾ। ਹਾਂ ਜੇ ਇੱਥੇ ਨਾਮ ਜਪਿਆ ਹੋਵੇਗਾ ਤੇਰੀ ਜਾਣ ਪਹਿਚਾਣ ਉੱਥੇ ਵੀ ਬਣ ਜਾਵੇਗੀ। ਆਪਾਂ ਇੱਥੋਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਹਾਂ, ਭੇਜਣ ਤੋਂ ਪਹਿਲਾਂ ਅੱਗੇ ਦੇਖਦੇ ਹਾਂ ਕਿ ਉੱਥੇ ਤਾਂ ਜਾਣ ਪਹਿਚਾਣ ਵਾਲਾ ਕੋਈ ਹੋਵੇਗਾ। ਜੇ ਹੋਵੇਗਾ ਕੁਝ ਦਿਨ ਦੇ ਲਈ ਬੱਚੇ ਨੂੰ ਸਟੇਅ ਕਰਾ ਦੇਵੇਗਾ, ਫਿਰ ਬਾਅਦ ਵਿੱਚ ਆਪੇ ਜਾਣ ਪਹਿਚਾਣ ਹੋ ਜਾਂਦੀ ਹੈ। ਆਪਾਂ ਲੋੜ ਸਮਝਦੇ ਹਾਂ ਨਾ ਕਿ ਉੱਥੇ ਜਾਣ ਪਹਿਚਾਣ ਵਾਲਾ ਚਾਹੀਦਾ, ਪਰ ਜਿਸ ਰਸਤੇ ਤੋਂ ਜੀਵ ਨੇ ਜਾਣਾ ਉੱਥੇ ਦੀ ਕਦੇ ਇਹਨੇ ਫਿਕਰ ਨਹੀਂ ਕੀਤੀ। ਇੱਥੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣ ਪਹਿਚਾਣ ਵਾਲੇ ਬਹੁਤ ਮਿਲ ਜਾਂਦੇ ਨੇ, ਨਗਰ ਦੇ ਇਲਾਕੇ ਦੇ ਮਿਲ ਜਾਂਦੇ ਨੇ, ਪਰ ਉੱਥੇ ਕੋਈ ਨਹੀਂ ਮਿਲਣਾ ਉੱਥੇ। ਹਾਂ ਜੇ ਜੇ ਇੱਥੇ ਮਿੱਤਰ ਬਣਾਇਆ ਹੋਵੇਗਾ ਨਾ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਨਾਮ ਨੂੰ, ਫਿਰ ਉੱਥੇ ਕਹਿੰਦੇ ਤੇਰਾ ਉੱਥੇ ਵੀ ਕਹਿੰਦੇ ਜਾਣ ਪਹਿਚਾਣ ਮਿਲ ਸਕਦਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਜਿਸ ਪੰਥ ਭਾਵ ਰਸਤੇ ਤੇ ਤੇਰਾ ਕੋਈ ਜਾਣ ਪਹਿਚਾਣ ਵਾਲਾ ਨਹੀਂ,
ਹਰ ਕਾ ਨਾਮ ਤਹਿ ਨਾਲ ਪਛਾਣੋ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੇਰਾ ਉੱਥੇ ਜਾਣ ਹੋਵੇਗਾ। ਜਹਿ ਮਹਾ ਭਿਆਨ ਤਪਤ ਬਹੁ ਕਾਮ। ਕਹਿੰਦੇ ਭਾਈ ਉਸ ਰਸਤੇ ਦੇ ਵਿੱਚ ਤਾਂ ਬੜੀ ਤਪੱਸਿਆ ਹੈ, ਬੜੀ ਗਰਮੀ ਹੈ, ਬਹੁਤ ਜ਼ਿਆਦਾ। ਜਿਹੇ ਮਹਾ ਭਿਆਨ ਤਪਤ ਬਹੁ ਕਾਮ। ਗਰਮੀ ਦੇ ਵਿੱਚ ਬੜਾ ਦੁੱਖ ਹੁੰਦਾ, ਕਸ਼ਟ ਹੁੰਦਾ। ਆਪਾਂ ਵੇਖਿਆ ਨਾ ਗਰਮੀ ਦੇ ਦਿਨਾਂ ਦੇ ਵਿੱਚ ਕਿੰਨਾ ਔਖਾ ਹੋ ਜਾਂਦਾ। ਸਤਿਗੁਰੂ ਕਹਿੰਦੇ ਭਾਈ ਉੱਥੇ ਬੜੇ ਉੱਥੇ ਤਾਂ ਬਹੁਤ ਜ਼ਿਆਦਾ। ਜਹਿ ਮਹਾ ਭਿਆਨ, ਬੜਾ ਭਿਆਨਕ ਰਸਤਾ। ਤਪਤ ਬਹੁ ਕਾਮ, ਬੜੀ ਸੇਕ ਚਾਰੇ ਪਾਸਿਓਂ। ਤੈ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ। ਜਿਵੇਂ ਨਾ ਜ਼ਿਆਦਾ ਗਰਮੀ ਹੋਵੇ, ਕਈ ਵਾਰੀ ਆਪਾਂ ਛਤਰੀ ਲੈ ਲੈਂਦੇ ਹਾਂ ਉੱਤੇ, ਜਾਂ ਕਿਸੇ ਦਰਖਤ ਦੀ ਛਾਂ ਥੱਲੇ ਖਲੋ ਜਾਂਦੇ ਹਾਂ, ਬੈਠ ਜਾਂਦੇ ਹਾਂ। ਕਹਿੰਦੇ ਉੱਥੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਜੇ ਨਾਮ ਜਪਿਆ ਹੋਵੇਗਾ, ਤਹਿ ਹਰਿ ਕੇ ਨਾਮ ਕੀ। ਕਹਿੰਦੇ ਤੇਹ ਦਾ ਭਾਵ ਉੱਥੇ ਹਰਿ ਕੇ ਨਾਮ ਕੀ, ਵਾਹਿਗੁਰੂ ਦੇ ਨਾਮ ਦੀ। ਤੁਮ ਉੱਪਰ ਸ਼ਾਮ, ਕਹਿੰਦੇ ਤੇਰੇ ਉੱਤੇ ਭਾਈ ਫਿਰ ਸ਼ਾਮ ਹੋ ਜਾਵੇਗੀ ਜੇ ਇੱਥੇ ਨਾਮ ਜਪਿਆ ਹੋਵੇਗਾ। ਪਰ ਸਾਡੀ ਹਾਲਾਤ ਕੀ ਨੇ, ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਇੱਕ ਵਾਧੂ ਜਿਹਾ ਮੈਟਰ ਸਮਝਦੇ ਹਾਂ ਵੀ ਕੀ ਲੋੜ ਆ ਨਾਮ ਜਪਣ ਦੀ, ਬਸ ਸਾਡਾ ਤਾਂ ਮਨ ਹੀ ਸਾਫ ਆ। ਮਨ ਹੀ ਸਾਫ ਆ, ਜਿਹਨਾਂ ਦਾ ਭਾਈ ਮਨ ਸਾਫ ਹੋ ਜਾਂਦਾ ਉਹ ਨੀ ਕਹਿੰਦੇ ਸਾਡਾ ਮਨ ਸਾਫ ਹੋ, ਤਾਂ ਕਹਿੰਦੇ ਨੇ ਹਮ ਮੈਲੇ ਤੁਮ ਉਜਲ ਕਰਦੇ, ਹਮ ਨਿਰਗੁਣ ਤੂੰ ਦਾਤਾ। ਉਹ ਤਾਂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਮਾਇਆ ਮੋਹ ਭਰਮ ਪੈ ਭੁਲੈ, ਸੁੱਤ ਦਾਰਾ ਸੰਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨੇ। ਉਹ ਤਾਂ ਬੇਨਤੀ ਕਰਦੇ ਨੇ, ਕਹਿੰਦੇ ਵਾਹਿਗੁਰੂ ਜੀ ਅਸੀਂ ਤਾਂ ਉਗਲਾਂ ਦੇ ਨਾਲ ਭਰੇ ਹੋਏ ਹਾਂ, ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰਨੀ ਵੀ ਏਦਾਂ ਚਾਹੀਦੀ ਆ। ਆਪਣੇ ਗੁਣ ਨਹੀਂ ਦੱਸਣੇ, ਮੈਂ ਬੜਾ ਦਾਨੀ ਆ, ਮੇਰੇ ਚ ਬੜੇ ਗੁਣ ਨੇ। ਨਹੀਂ ਭਾਈ, ਗੁਣ ਦੇਣ ਵਾਲਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ ਹੈ। ਕਿਹਨੂੰ ਕਿੰਨੇ ਗੁਣ ਦਿੰਦਾ, ਮਾਲਕ ਦੀ ਮਰਜ਼ੀ ਹੈ। ਸ਼ੁਕਰ ਕਰਿਆ ਕਰੋ ਵਾਹਿਗੁਰੂ ਦਾ, ਪਰਮੇਸ਼ਰ ਦਾ। ਕਹਿੰਦੇ ਭਾਈ ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਤੇਰੇ ਤੇ ਵਾਹਿਗੁਰੂ ਦੇ ਨਾਮ ਦੀ ਛਾਂ ਹੋਵੇਗੀ। ਜਹਾਂ ਤ੍ਰਿਖਾ ਮਨ ਤੁਜ ਆ ਕਰਕੇ। ਕਹਿੰਦੇ ਫਿਰ ਜਦੋਂ ਏਡਾ ਭਿਆਨਕ ਰਸਤਾ, ਕਿ ਉੱਥੇ ਪਿਆਸ ਵੀ ਬੜੀ ਲੱਗਦੀ ਹੋਵੇਗੀ, ਬੜੀ ਪਿਆਸ ਲੱਗਦੀ ਹੋਵੇਗੀ। ਜਹਾਂ ਤ੍ਰਿਖਾ ਮਨ ਤੁਜ ਆ ਕਰਕੇ, ਜਿਸ ਰਸਤੇ ਦੇ ਵਿੱਚ ਬੜੀ ਪਿਆਸ ਲੱਗੇਗੀ। ਕਹਿੰਦੇ ਫਿਰ ਉੱਥੇ ਜਮ ਪੁੱਛਣਗੇ, ਜਮ ਪੁੱਲਾ ਪੁੱਛਣਗੇ ਵੀ ਦੱਸ
ਕਿਸੇ ਨੂੰ ਪਾਣੀ ਪਿਲਾਇਆ, ਕਿਸੇ ਨੂੰ ਪਾਣੀ ਪਿਲਾਇਆ ਇੱਥੇ, ਜੇ ਤਾਂ ਪੜਾਇਆ ਹੋਵੇਗਾ ਉਹ ਪੁੰਨਾ ਦੇ ਬਦਲੇ ਤੈਨੂੰ ਉੱਥੇ ਥੋੜਾ ਜਿਹਾ ਤੇਰੀ ਪਿਆਸ ਬੁਝਾਈ ਜਾਵੇਗੀ, ਤੈਨੂੰ ਜਲ ਦਿੱਤਾ ਜਾਵੇਗਾ। ਜਹਾਂ ਤ੍ਰਿਖਾ ਮਨ ਤੁਜ ਆਕਰਖ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ। ਸਤਿਗੁਰੂ ਜੀ ਦੱਸਦੇ ਨੇ ਕਹਿੰਦੇ ਭਾਈ ਤਹ ਨਾਨਕ, ਸਤਿਗੁਰੂ ਜੀ ਕਥਨ ਕਰਦੇ ਹਨ ਤਹ ਕਹਿੰਦੇ ਉੱਤੇ ਭਾਈ ਹਰ ਹਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਅੰਮ੍ਰਿਤ ਵਰਖਾ ਹੈ, ਕਹਿੰਦੇ ਨਾਮ ਦੀ ਵਰਖਾ ਹੋਵੇਗੀ ਤੈਨੂੰ ਉੱਥੇ, ਕੁਛ ਤੇਰੀ ਤ੍ਰਿਖਾ ਨੂੰ ਮਿਟਾਇਆ ਜਾਵੇਗਾ ਕਿਉਂਕਿ ਨਾਮ ਜਪਿਆ ਹੋਵੇਗਾ, ਸਤਿਗੁਰੂ ਕਿਰਪਾ ਕਰਨਗੇ। ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ, ਤੇਰੀ ਰਸਨਾ ਦੇ ਉੱਤੇ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੀ ਵਰਖਾ ਹੋਵੇਗੀ। ਸਵਾਲ ਇੱਥੇ ਸਮਾਪਤੀ ਕਰੀਏ ਜੀ। ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ, ਕਿਰਪਾ ਕਰਕੇ ਬਖਸ਼ ਲੈਣਾ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੇ ਆਈਆਂ ਮਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਿਆ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਿਆ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।